ਦੇ ਲਈ ਸਿਰਫ ਮੈਂ ਨਹੀਂ ਸੁਲਝਾ ਸਕਦੀ ਜਾਂ ਸਿਰਫ ਸਟੇਜ ਤੇ ਖੜੇ ਲੋਕ ਨਹੀਂ ਸੁਲਝਾ ਸਕਦੇ ਇਹ ਉਹ ਲੋਕ ਸੁਲਝਾ ਸਕਦੇ ਨੇ ਜੋ ਅੱਜ ਸੁਣ ਰਹੇ ਨੇ ਕਿਉਂਕਿ ਸਟੇਜ ਤੇ ਬੋਲਣ ਵਾਲੇ ਲੋਕ ਕੁਝ ਸੰਖਿਆ ਦੇ ਵਿੱਚ ਹੁੰਦੇ ਨੇ ਪਰ ਜਿਹੜੇ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕ ਕਰੋੜਾਂ ਦੀ ਸੰਖਿਆ ਦੇ ਵਿੱਚ ਹੁੰਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਵਿੱਚ ਅਸੀਂ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਅਸੀਂ ਜਿਹੜਾ ਜੱਟਵਾਦ ਲੈ ਕੇ ਜਾ ਰਹੇ ਹਾਂ ਜਿਹੜੀ ਬ੍ਰਾਹਮਣਵਾਦੀ ਸੋਚ ਸਾਡੇ ਵਿੱਚ ਕੰਮ ਕਰ ਰਹੀ ਆ ਜਿਸ ਬ੍ਰਾਹਮਣਵਾਦੀ ਸੋਚ ਦੇ ਕਰਕੇ ਲੱਖਾਂ ਮਜ਼ਦੂਰਾਂ ਨੂੰ ਬਲੀ ਚੜ੍ਹਨਾ ਪੈਂਦਾ ਏ ਅਸੀਂ ਤਾਜ਼ਾ ਘਟਨਾਵਾਂ ਨੂੰ ਸਾਹਮਣੇ ਰੱਖੀਏ ਮੋਗਾ ਕਾਂਡ ਨੂੰ ਦੇਖਦੇ ਹਾਂ ਕਿ ਕਿਵੇਂ ਦੋ ਲੜਕੀਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਤੇ ਗੋਲੀ ਮਾਰਨ ਤੋਂ ਬਾਅਦ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਗਲਤ ਨੇ ਕੋਈ ਇਨਸਾਨ ਕਿੰਨਾ ਵੀ ਗਲਤ ਹੋਵੇ ਕਿਸੇ ਨੂੰ ਹੱਕ ਨਹੀਂ ਬਣਦਾ ਕਿ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਸੰਗਰੂਰ ਦੀ ਘਟਨਾ ਇੱਕ 200 ਰੁਪਏ ਚੋਰੀ ਕਰਨ ਦਾ ਇਲਜ਼ਾਮ ਲਾ ਦਿੰਦੇ ਨੇ ਉਹਨੂੰ ਬੰਨ ਕੇ ਮੋਟਰਸਾਈਕਲ ਦੇ ਅੱਗੇ ਭਜਾ ਕੇ ਉਸ ਲੜਕੀ ਨੂੰ ਪਿੰਡ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਮਜ਼ਦੂਰ ਨੂੰ ਜੁਰਮਾਨਾ ਥੋਪਿਆ ਜਾਂਦਾ ਹੈ ਇਹ ਘਟਨਾਵਾਂ ਕਦੋਂ ਤੱਕ ਹੁੰਦੀਆਂ ਰਹਿਣਗੀਆਂ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਕੋਈ ਮੰਤਰੀ ਕਰ ਰਿਹਾ ਹੈ ਇਹ ਸਾਡੇ ਵਿੱਚ ਜਿਹੜੀ ਬ੍ਰਾਹਮਣਵਾਦੀ ਸੋਚ ਸਾਡੇ ਵਿੱਚ ਕੰਮ ਕਰ ਰਹੀ ਹੈ ਇਹ ਉਹੀ ਲੋਕ ਕੰਮ ਕਰ ਰਹੇ ਨੇ ਤੇ ਜਿੰਨਾ ਟਾਈਮ ਸਾਡੀ ਸੋਚ ਸਾਡੇ ਮਜ਼ਦੂਰ ਕਿਸਾਨ ਸਾਡਾ ਦਲਿਤ ਭਾਈਚਾਰਾ ਉੱਠ ਕੇ ਇਕੱਠਾ ਨਹੀਂ ਆਉਂਦਾ ਉਹਨਾਂ ਟਾਈਮ ਸਾਡੀ ਜੰਗ ਜਿੱਤੀ ਨਹੀਂ ਜਾ ਸਕਦੀ ਤੇ ਸਾਨੂੰ ਸਿਰਫ ਕ੍ਰਿਸ਼ੀ ਕਾਨੂੰਨਾਂ ਦੀ ਲੜਾਈ ਨਾ ਲੜਦੇ ਹੋਏ ਨਾ ਲੇਬਰ ਕੋਰਟ ਦੀ ਮੰਗ ਵੀ ਰੱਖਣੀ ਪੈਣੀ ਆ ਕਿਉਂਕਿ ਬਿਨਾਂ ਮਜ਼ਦੂਰਾਂ ਤੋਂ ਅਸੀਂ ਜੰਗ ਨਹੀਂ ਜਿੱਤ ਸਕਦੇ ਹੈਗੇ ਅਸੀਂ ਪਹਿਲਾਂ ਵੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਮੈਂ ਜਦੋਂ ਜੇਲ੍ਹ ਦੇ ਵਿੱਚ ਗਈ ਹਾਂ ਸਭ ਤੋਂ ਵੱਡਾ ਕਾਰਨ ਇਹੀ ਰਿਹਾ ਕਿ ਮੈਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਨੂੰ ਜੋੜ ਰਹੀ ਹਾਂ ਇਸ ਲਈ ਟਾਰਗੇਟ ਕੀਤਾ ਜਾਂਦਾ ਹੈ ਪਰ ਕੁਝ ਕੁ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲ ਜਾਓ ਜੇਕਰ ਤੁਸੀਂ ਮਜ਼ਦੂਰਾਂ ਦੀ ਮੰਗ ਰੱਖੋਗੇ ਤਾਂ ਮੁੱਦਾ ਡਾਇਵਰਟ ਹੋ ਜਾਊਗਾ ਜਿਹੜੇ ਸੰਘਰਸ਼ ਨੇ ਉਹ ਖਰਾਬ ਹੋ ਜਾਣਗੇ ਅਸੀਂ ਉਹਨਾਂ ਤੋਂ ਸਵਾਲ ਪੁੱਛਦੇ ਹਾਂ ਕਿ ਜੇਕਰ ਕਰੋੜਾਂ ਦੀ ਆਬਾਦੀ ਵਿੱਚ ਜਨਤਾ ਤੁਹਾਡੇ ਨਾਲ ਖੜਦੀ ਆ ਕਿ ਤੁਹਾਡਾ ਜਿਹੜਾ ਅੰਦੋਲਨ ਆ ਖਰਾਬ ਹੋਊਗਾ ਅਸੀਂ ਸਾਡਾ ਪਹਿਲਾ ਸਭ ਦੀ ਪਹਿਲੀ ਡਿਮਾਂਡ ਇਹੀ ਆ ਕਿ ਕ੍ਰਿਸ਼ੀ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਦੂਸਰੀ ਡਿਮਾਂਡ ਸਾਡੀ ਇਹ ਆ ਜਿਹੜੀ ਪ੍ਰਮੁੱਖ ਡਿਮਾਂਡ ਮਜ਼ਦੂਰਾਂ ਦੀ ਬਣਦੀ ਆ ਕਿ ਜੋ ਨਵੇਂ ਲੇਬਰ ਕੋਡ ਲੈ ਕੇ ਆਉਂਦੇ ਜਾ ਰਹੇ ਨੇ ਉਹ ਰੱਦ ਕੀਤੇ ਜਾਣ ਤੇ ਜੋ ਸੰਵਿਧਾਨ ਦੇ ਵਿੱਚ ਮੰਗਾਂ ਰੱਖੀਆਂ ਗਈਆਂ ਨੇ ਉਹ ਲਾਗੂ ਕੀਤੀਆਂ ਜਾਣ ਮਜ਼ਦੂਰਾਂ ਦੇ ਲਈ ਅਸੀਂ ਦੇਖ ਪਾ ਰਹੇ ਹਾਂ ਕਿ ਜੋ ਮੰਗਾਂ ਮਜ਼ਦੂਰਾਂ ਦੀਆਂ ਹੁੰਦੀਆਂ ਨੇ ਜੋ ਕਾਨੂੰਨ ਮਜ਼ਦੂਰਾਂ ਦੇ ਬਣੇ ਨੇ ਉਹ ਅੱਜ ਵੀ ਲਾਗੂ ਨਹੀਂ ਕੀਤੇ ਜਾ ਰਹੇ ਉਹਨਾਂ ਦੀ ਗੱਲ ਅੱਜ ਵੀ ਨਹੀਂ ਕੀਤੀ ਜਾਂਦੀ ਨਵੇਂ ਕਾਨੂੰਨ ਬਣਾਉਂਦੇ ਨੇ ਉਹ ਲੋਕ ਜਿਹੜੇ ਪੂੰਜੀਪਤੀਆਂ ਦੇ ਦਲਾਲ ਨੇ ਅਸੀਂ ਕਹਿੰਦੇ ਹਾਂ ਕਿ ਮੋਦੀ ਸਾਡਾ ਦੁਸ਼ਮਣ ਆ ਅਸੀਂ ਕਹਿੰਦੇ ਹਾਂ ਮੋਦੀ ਸਾਡਾ ਦੁਸ਼ਮਣ ਆ ਪਰ ਅਸੀਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੋਦੀ ਇਹ ਕਠਪੁਤਲੀ ਆ ਜਿਹੜੀ ਨੱਚ ਰਹੀ ਹੈ ਸਾਡੇ ਸਾਹਮਣੇ ਉਹਦੀ ਮੋਢਿਆਂ ਤੇ ਬੰਦੂਕ ਆ ਉਹ ਫਾਸੀਵਾਦ ਦਾ ਜਿਹੜਾ ਬੀਜ ਬੋਣ ਵਾਲਾ ਇਨਸਾਨ ਆ ਉਹਦੇ ਪਿੱਛੇ ਕੰਮ ਕਰ ਰਹੇ ਨੇ ਵੱਡੇ ਵੱਡੇ ਅੰਬਾਨੀ ਅਡਾਨੀ ਉਹਦੇ ਪਿੱਛੇ ਕੰਮ ਕਰ ਰਹੇ ਨੇ ਉਹ ਦੇਸ਼ ਜਿਹੜਾ ਸਾਨੂੰ ਗੁਲਾਮ ਬਣਾ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਚੀਜ਼ ਸਰਕਾਰੀ ਰਹਿ ਗਈ ਆ ਹਰ ਚੀਜ਼ ਪ੍ਰਾਈਵੇਟ ਹੋ ਗਈ ਆ ਸਿਰਫ ਖੇਤੀਬਾੜੀ ਸੀ ਸਿਰਫ ਮਜ਼ਦੂਰਾਂ ਦਾ ਸਰੀਰ ਬਣਦਾ ਸੀ ਜਿਹੜਾ ਉਹਨਾਂ ਨੇ ਉਹ ਗੁਲਾਮ ਬਣਾ ਰਹੇ ਨੇ ਬਧੂਆ ਮਜ਼ਦੂਰੀ ਜਿਹੜੀ ਕੀਤੀ ਜਾ ਰਹੀ ਆ ਅਸੀਂ ਕਹਿ ਰਹੇ ਹਾਂ ਕਿ 8 ਘੰਟੇ ਟਾਈਮ 12 ਘੰਟੇ ਤੁਸੀਂ ਕਿਉਂ ਕਰ ਰਹੇ ਜਿਹਨੂੰ ਰੋਟੀ ਨਹੀਂ ਮਿਲਦੀ ਉਹਦੇ ਲਈ ਤੁਸੀਂ ਕਾਨੂੰਨ ਬਣਾ ਰਹੇ ਹਾਂ ਕਿ ਤੁਸੀਂ ਅਨਲਿਮਿਟਡ ਸਟਾਕ ਕਰ ਸਕਦੇ ਹੋ ਆਲੂ ਪਿਆਜ਼ ਵਨਸਪਤੀ ਤੇਲ ਜਿਹੜਾ ਕਿ ਮਜ਼ਦੂਰ ਖਾਂਦਾ ਮਜ਼ਦੂਰ ਕੋਈ ਮੀਟ ਨਹੀਂ ਖਾਂਦਾ ਕੋਈ ਪਨੀਰ ਨਹੀਂ ਖਾਂਦਾ ਉਹ ਤੇਲ ਵਰਤਦਾ ਹੈ ਉਹ ਆਲੂ ਵਰਤਦਾ ਉਹ ਪਿਆਜ਼ ਵਰਤਦਾ ਉਹਦੇ ਸਟਾਕ ਹੋਊਗੀ ਉਹ ਵੱਡੇ ਸਤਰ ਤੇ ਹੋਊਗੀ ਉਸ ਤੋਂ ਬਾਅਦ ਸਾਨੂੰ ਮਹਿੰਗੇ ਦਾਮਾਂ ਤੇ ਵੇਚਿਆ ਜਾਊਗਾ ਮੈਂ ਬਹੁਤ ਸਮਝਦਾਰ ਨਹੀਂ ਹੈਗੀ ਮੇਰੀ ਉਮਰ ਬਹੁਤ ਘੱਟ ਆ ਬਹੁਤ ਲੋਕਾਂ ਨੂੰ ਮੇਰੇ ਤੋਂ ਸਵਾਲ ਨੇ ਬਹੁਤ ਲੋਕ ਮੈਂ ਤੋਂ ਖਫਾ ਵੀ ਨੇ ਕਿ ਅਸੀਂ ਕੁਛ ਗਲਤੀਆਂ ਕਰ ਰਹੇ ਹਾਂ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੂੰਗੀ ਕਿ ਮੈਂ ਮਾਫੀ ਚਾਹੁੰਦੀ ਹਾਂ ਮੈਂ ਲਗਾਤਾਰ ਸਿੱਖ ਰਹੀ ਹਾਂ ਤੇ ਅੱਗੇ ਵੀ ਸਿੱਖਦੀ ਰਹੂੰਗੀ ਜੇਕਰ ਅੱਜ ਮੈਂ ਬੋਲ ਰਹੀ ਹਾਂ ਗਲਤ ਬੋਲ ਰਹੀ ਹਾਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਜਨਤਾ ਮੈਨੂੰ ਸਹੀ ਕਰੂਗੀ ਇਸੇ ਜਨਤਾ ਲਈ ਮੈਂ ਹਮੇਸ਼ਾ ਲੜਦੀ ਰਹੂੰਗੀ ਅਸੀਂ ਵੋਟ ਪੋਲਿਟਿਕਸ ਨੂੰ ਬਿਲਕੁਲ ਗਲਤ ਸਮਝਦੇ ਹਾਂ ਇਹ ਲਾਈਨ ਅਸੀਂ ਖਿੱਚ ਦਿੱਤੀ ਆ ਉਹ ਲਾਈਨ ਦੇ ਇਸ ਪਾਰ ਮੈਂ ਖੜੀ ਹਾਂ ਉਸ ਪਾਰ ਜਿਹੜੇ ਉਹ ਲੋਕ ਨੇ ਜਿਹੜੇ ਵੋਟਾਂ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਬੁੱਧੂ ਬਣਾ ਕੇ ਲੋਕਾਂ ਨੂੰ ਲੁੱਟਦੇ ਨੇ ਅਸੀਂ ਇਹ ਕਹਿੰਦੇ ਹਾਂ ਸਰਕਾਰ ਨੇ ਸੱਤਾ ਬਦਲੋ ਅਸੀਂ ਸੱਤਾ ਬਦਲਣ ਵਿੱਚ ਵਿਸ਼ਵਾਸ ਰੱਖਦੇ ਹਾਂ ਅਸੀਂ ਉਸ ਯੂਥ ਨੂੰ ਆਹਵਾਨ ਕਰਦੇ ਹਾਂ ਕਿ ਯੂਥ ਅੱਗੇ ਆਵੇ ਤਾਂ ਜੋ
ਕਿ ਬੀਜੇਪੀ ਆ ਸਾਡੇ ਵਿੱਚ ਵੰਡਿਆ ਪਾ ਕੇ ਸਾਨੂੰ ਹੀ ਮਾਰਿਆ ਜਾਂਦਾ ਏ ਉਹਨਾਂ ਨੂੰ ਨੀਚੇ ਗਿਰਾਉਣ ਵਾਸਤੇ ਉਹਨਾਂ ਦੀ ਸੱਤਾ ਨੂੰ ਦਖਲ ਕਰਦੇ ਵਾਸਤੇ ਸਾਡੀ ਆਪਣੀ ਸੱਤਾ ਲੈ ਕੇ ਆਵਾਂਗੇ ਉਹ ਸੱਤਾ ਹੋਊਗੀ ਮਜ਼ਦੂਰਾਂ ਦੀ ਉਹ ਸੱਤਾ ਹੋਊਗੀ ਕਿਸਾਨਾਂ ਦੀ ਜਿਹਦੇ ਵਿੱਚ ਅਸੀਂ ਆਪਣਾ ਮੰਗਾਂ ਨੂੰ ਰੱਖਾਂਗੇ ਅਸੀਂ ਆਪ ਤੈਅ ਕਰਾਂਗੇ ਸਾਡੀਆਂ ਮੰਗਾਂ ਕੀ ਹੋਣਗੀਆਂ ਇੰਨਾ ਹੀ ਕਹਿੰਦੀ ਹੋਈ ਮੈਂ ਮਾਫੀ ਚਾਹੁੰਦੀ ਹਾਂ ਜੇਕਰ ਮੈਂ ਕੁਝ ਗਲਤ ਬੋਲ ਗਈ ਹੋਵਾਂ ਮੈਂ ਸਿੱਖਦੀ ਰਹੂੰਗੀ ਤੇ ਸਿੱਖ ਕੇ ਤੁਹਾਡੇ ਸਾਹਮਣੇ ਉਹ ਬੰਜੂਰ ਬਣੂੰਗੀ ਜਿਹਦੀ ਤੁਸੀਂ ਉਮੀਦ ਕਰਦੇ ਹੋ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨਾ ਹੈ ਲੋਕਾਂ ਨੇ ਉਹਨਾਂ ਮਹਿਲਾਵਾਂ ਲੀਡਰਸ਼ਿਪ ਦੀ ਲੋੜ ਹੈ